ਐਨਐਨਆਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਾਬਕਾ ਸਰਕਾਰ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਦੀ ਥੱਕਦੀ ਨਹੀਂ ਸੀ। ਅਕਾਲੀ ਦਲ ਅਤੇ ਬੀਜੇਪੀ ਦਾ ਇੱਕ ਮਜ਼ਬੂਤ ਗੱਠਜੋੜ ਮੰਨਿਆ ਜਾਂਦਾ ਸੀ, ਪਰ ਇਹ ਦਾਅਵੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਛਤੀਰਵਾਲਾ ਵਿੱਚ ਖੋਖਲੇ ਹੋ ਗਏ। ਇਸ ਤੋਂ ਬਾਅਦ ਸੱਤਾ ਵਿੱਚ ਕੈਪਟਨ ਸਰਕਾਰ ਆਈ। ਜਨਤਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਪੰਜਾਬ ਅਤੇ ਫਾਜ਼ਿਲਕਾ ਤੋਂ ਇਲਾਕੇ ਦੀ ਵਾਂਗਡੋਰ ਦਵਿੰਦਰ ਸਿੰਘ ਘਵਾਲੇ ਨੂੰ ਫੜਾਈ, ਪਰ ਜਨਤਾ ਦੀ ਕਿਸਮਤ ਨਾ ਚਮਕੀ। ਕੁਝ ਇਸ ਸਥਿਤੀ ਨੂੰ ਸਾਡੇ ਪੱਤਰਕਾਰ ਗੁਰਪ੍ਰੀਤ ਗੋਲਡੀ ਨੇ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ। ਆਓ ਦੇਖਦੇ ਹਾਂ। ਹਾਂਜੀ ਅੰਕਲ ਜੀ, ਕਿੱਥੇ ਰਹਿੰਦੇ ਹੋ ਤੁਸੀਂ? ਅਸੀਂ ਅਜੇ ਰਹਿੰਦੇ ਹਾਂ ਜੀ ਸਤੀਰ ਵਾਲੇ 'ਚ, ਸਾਡੀ ਕੋਈ ਖਾਸ ਵਾ ਨਹੀਂ ਹੈ। ਨਹੀਂ, ਤੁਸੀਂ ਇਸ ਘਰ ਵਿੱਚ ਰਹਿ ਰਹੇ ਹੋ ਜਿੱਥੇ ਅੱਜ ਵਿੱਚ ਹੈ ਜੀ ਮੈਂ? ਅੱਛਾ ਜੀ। ਨਾ ਇੱਥੇ ਨਾ ਸਾਡੀ ਕੋਈ ਕੋਈ ਸੁਣਾਈ ਨਹੀਂ ਹੈ, ਨਾ ਕੋਈ ਸਾਡੀ ਪਿਲਸਨ, ਨਾ ਕੋਈ ਲੈਣਾ, ਨਾ ਕੋਈ ਦੇਣਾ, ਅਸੀਂ ਭੁੱਖੇ ਪਏ। ਅੱਛਾ ਜੀ, ਤੁਹਾਡੀ ਨਾ ਕੋਈ ਪਿਲਸਨ ਲੱਗੀ ਹੋਈ? ਕੁਛ ਨਹੀਂ ਲੱਗਿਆ ਜੀ। ਕੋਈ ਫਲੈਸ਼ ਵੀ ਨਹੀਂ ਮਿਲੀ? ਕੁਛ ਨਹੀਂ ਮਿਲਿਆ ਜੀ। ਅੱਛਾ ਜੀ, ਕਿੰਨੇ ਸਾਲ ਹੋ ਗਏ ਤੁਹਾਨੂੰ? ਸਾਰੀ ਉਮਰ ਹੀ ਲੰਘ ਗਈ। ਸਾਰੀ ਉਮਰ ਹੋ ਗਈ ਇੱਥੇ ਰਹਿੰਦਿਆਂ ਨੂੰ? ਹਾਂਜੀ। ਕੋਈ ਕਮਰਾ ਨਹੀਂ ਆਇਆ ਤੁਹਾਡਾ? ਕੁਛ ਨਹੀਂ ਆਇਆ, ਨਾ ਕੋਈ, ਨਾ ਕਮਰਾ, ਸਾਰੇ ਸਰਪੰਚ ਸੂਰ ਰਲ ਕੇ ਖਾਈ ਜਾਂਦੇ ਆ, ਸਾਨੂੰ ਕੁਛ ਨਹੀਂ ਮਿਲ ਰਿਹਾ। ਠੀਕ ਹੈ ਜੀ, ਕੋਈ ਗਲੀ ਨਾਲੀ ਨਹੀਂ, ਕੋਈ ਕੁਛ ਨਹੀਂ ਜੀ, ਸਾਡੇ ਆ ਕੇ ਤਲਾਸ਼ ਕਰ ਸਕਦੇ। ਅੱਛਾ ਜੀ, ਤੇ ਜਿਹੜੀ ਤੁਹਾਡੀ 54 ਕਮਰਿਆਂ ਦੀ ਲਿਸਟ ਆਈ ਸੀ, ਉਹਦੇ ਵਿੱਚ ਤੁਹਾਡਾ ਕੋਈ ਨਾਂ? ਨਾਂ ਤੇ ਜੀ ਹੈਗਾ, ਮੈਨੂੰ ਨਿਕਲਿਆ ਕੋਈ ਨਹੀਂ। ਅੱਛਾ, ਨਾਂ ਹੈਗਾ ਉਹਦੇ ਵਿੱਚ ਤੁਹਾਡਾ? ਹਾਂ, ਨਿਕਲਿਆ ਕੋਈ ਨਹੀਂ। ਹਾਂਜੀ, ਉਹਦੇ ਵਿੱਚ ਆਇਆ ਤੁਹਾਡਾ ਕੁਝ ਨਹੀਂ? ਕੁਛ ਨਹੀਂ। ਹਾਂਜੀ ਮਾਤਾ ਜੀ, ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦਿਆਂ ਨੂੰ ਜੀ? ਸਾਨੂੰ 40 ਸਾਲ ਹੋ ਗਏ ਜੀ। ਹਾਂਜੀ, ਤੁਹਾਡਾ ਕੋਈ ਕਮਰਾ ਵਗੈਰਾ ਆਇਆ ਜੀ? ਕੱਖ ਨਹੀਂ ਆਇਆ। ਅੱਛਾ ਜੀ, ਕੋਈ ਲਿਸਟ 'ਚ ਨਾਂ? ਨਾ ਲਿਸਟ 'ਚ ਹੈਗੇ ਨੇ, ਪਰ ਤੁਹਾਨੂੰ ਦਿੱਤਾ ਨਹੀਂ ਗਿਆ ਕਮਰਾ ਜੀ? ਕੋਈ ਫਲੈਸ਼, ਕੋਈ ਬਾਥਰੂਮ ਵਗੈਰਾ? ਕੁਛ ਨਹੀਂ, ਬਾਥਰੂਮ ਵਾਲੀ ਉਹ ਆਈ ਹੈ ਇੱਕ। ਅੱਛਾ ਜੀ, ਇਹ ਨਹੀਂ ਮੁੱਕਰਨੇ, ਜਿਹੜੀ ਚੀਜ਼ ਆਈ ਮੁੱਕਰ ਦੇਣੀ ਹੈ, ਬਾਕੀ ਨਹੀਂ ਤੁਹਾਨੂੰ ਪਾ। ਅੱਛਾ, ਉਹ ਆਈ, ਉਹਦੇ ਪੈਸੇ ਵਗੈਰਾ ਮਿਲ ਗਏ ਨੇ ਤੁਹਾਨੂੰ? ਹਾਂਜੀ। ਅੱਛਾ ਜੀ, ਉਹ ਤੁਸੀਂ ਤਿਆਰ ਕਰਾ ਕੇ ਦੇ ਕੇ ਗਏ? ਅੱਛਾ ਜੀ, ਠੀਕ ਹੈ ਜੀ। ਹਾਂ, ਉਹਨਾਂ ਇੱਟਾਂ ਸਟੀਆਂ, ਉਹਨਾਂ ਹੀ ਬਣਾਈ ਹੈ। ਅੱਛਾ, ਠੀਕ ਹੈ ਜੀ। ਤੇ ਗਲੀਆਂ ਨਾਲੀਆਂ ਦਾ ਤੁਹਾਡਾ ਕੀ ਹਾਲ ਹੈ? ਕੋਈ ਹਾਲ ਨਹੀਂ। ਠੀਕ ਹੈ ਜੀ, ਕੋਈ ਪੱਕੀ ਗਲੀ ਨਹੀਂ ਬਣਾਈ ਗਈ? ਕੁਛ ਨਹੀਂ ਬਣਾਈ ਗਈ। ਠੀਕ, ਲੜਾਈ ਵੱਖਰੀ ਹੋ ਗਈ। ਠੀਕ ਹੈ। ਆਂਟੀ, ਤੁਹਾਨੂੰ ਕਿੰਨੇ ਸਾਲ ਹੋ ਗਏ ਇਸ ਪਿੰਡ 'ਚ ਰਹਿੰਦਿਆਂ ਨੂੰ? ਪਿੰਡ 'ਚ ਰਹਿੰਦਿਆਂ ਨੂੰ ਕਿੰਨੇ ਸਾਲ ਹੋ ਗਏ ਜੀ? ਕੁਛ ਨਹੀਂ ਮਿਲਿਆ, ਕੋਈ ਫਲੈਸ਼? ਅੱਛਾ ਜੀ, ਕੋਈ ਕਮਰਾ ਵਗੈਰਾ? ਅੱਛਾ ਜੀ, ਹਾਂਜੀ, ਠੀਕ ਹੈ ਜੀ। ਅੱਛਾ ਜੀ, ਅੱਛਾ, ਚਾਰ ਮੁੰਡੇ ਵੇ, ਕੋਈ ਤੁਹਾਨੂੰ ਥਾਂ ਸਰਕਾਰੀ ਕੋਈ ਕੁਛ ਅਲੋਟ ਨਹੀਂ? ਠੀਕ ਹੈ। ਤੁਹਾਡੀ ਜਾਣਕਾਰੀ ਦੱਸ ਦਈਏ ਕਿ ਦਵਿੰਦਰ ਸਿੰਘ ਘਬਾਇਆ ਦੇ ਪਿਤਾ ਸ਼ੇਰ ਸਿੰਘ ਘਬਾਇਆ ਵੀ ਲੰਮੇ ਟਾਈਮ ਤੋਂ ਸਿਆਸਤ ਵਿੱਚ MLA ਤੋਂ ਲੈ ਕੇ MP ਦਾ ਅਹੁਦਾ ਨਿਭਾ ਰਹੇ ਹਨ, ਪਰ ਹਾਲਾਤ ਤੁਹਾਡੇ ਸਾਹਮਣੇ ਹਨ। ਤੁਹਾਡੇ ਇਸ ਪ੍ਰਤੀ ਕੀ ਵਿਚਾਰ ਹਨ? ਆਪਣੇ ਕੀਮਤੀ ਕਮੈਂਟ ਕਰਕੇ ਜ਼ਰੂਰ ਦੱਸਣਾ। ਅਸੀਂ ਅਗਲੇ ਵਾਰ ਇੱਕ ਨਵੀਂ ਅਹਿਮ ਖਬਰ ਲੈ ਕੇ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ NNR ਨਿਊਜ਼। ਧੰਨਵਾਦ।